एंट्री गेट पर। अब मैं दावत फिक्र देता हूँ जनाब मोहम्मद अली जवार करबलाई साहब को और उनके बाद नाथ खान जनाब साबित प्यारा साहब और उनके बाद मुल्क के नामवर जाकिर आले रसूल जनाब सैयद अली रजा शाह साहब ऑफ दाउद खेल अपने मखसूस अंदाज में जिक्र मौला हुसैन अलैहिस्सलाम बयान फरमाएंगे। بسم اللہ الرحمن الرحیم نعرہ تکبیر نعرہ رسالت نعرہ حیدری وال نعرہ حیدری بابا دے بلند صلوات اللہم ایک ایسی صلوات پڑھو ایک بار نہ سنی سنی ہوے شیعہ ہوے نماز دے وچ محمد وال محمد دے صلوات درود نہ پڑھے نماز قبول نہیں صلوات دا پڑھنا عبادت تے نماز دا پڑھنا عبادت جتنی بلند آواز صلوات پڑھ سو اتنا بلند درجہ ہو سی اللہم صلی اللہ پہلے پہلے میں جناب دی خدمت سرکار حضرت امام حسین بادشاہ سرکار ابو الفضل العباس دی آمد دی مبارک بادی پیش کی خیر مبارک الوصل صلوات پڑھوا کدی ذات تے أعوذ بالله من الشيطان الرجيم بسم الله الرحمن الرحيم صلوات بابا بلند یہ جشن یہ میلاد یہ محفل ہے مقدس یہ جشن یہ میلاد یہ محفل ہے مقدس گر تم بھی موالی ہو تو اس بزم میں آؤ گر تم بھی موالی ہو تو اس بزم میں آؤ تم کو اگر یاد ہے تاریخ ولادت تم اپنا بزرگاں کا بھی جشن مناؤ تو جو نہیں کی تھی دربار سرکار شاہ شمس نے توجہ دربار شاہ شمس میں حاجی صاحب نے گل کھلائے ہیں علی کے نام کے نعرے یہاں لگائے ہیں میں نے پوچھا یہ خوشی کا سبب میں نے پوچھا یہ خوشی کا سبب جواب ملا تجھے خبر نہیں سرکار عباس آئے اللہم صلی اللہ صلوات پڑھوا کدی ذات تے ایک فرمائشی بنا کر پرانے ذاکر پڑھ دیا باہر بنا کر سنا ہوا نا سب دی ڈیوٹی جدا ہے جشن پاکتے ہو رو غلمان جنت سجائیں دے ودے سب دی ڈیوٹی جدا ہے جشن پاکتے ہو رو غلمان جنت سجائیں دے ودن جان کے فرض اللہ دے سارے نبی شامیانے کا ناتاں بھی لائیں دے ودن بس مبارک مبارک دی آواز ہے بس مبارک مبارک دی آواز ہے ذکر صلی اللہ دا کریں دے ودن وال جہنم دے ڈٹھم عجب رنگ ہاں وال جہنم دے ڈٹھم عجب رنگ ہا کئی کٹیں دے ودن کئی کٹیں دے ودن پل جہنم دے ڈٹھم عجب رنگ ہا کئی کٹیں دے ودن کئی کٹیں دے ودن میں جہنم دے خادن کنوں حال چاہے
ਇਹ ਕੌਣ ਹਨ ਜਿਹੜੇ ਝਪੀੜੇ ਝਲੇਂਦੇ ਵਨੇ? ਮੈਂ ਕੋ ਆਖਿਆ ਇਹ ਮੌਲਾ ਦੇ ਜਸ਼ਨ ਦੇ ਮੁਨਕਰ ਹੀ ਨਹੀਂ ਜਿਹੜੇ ਮਾਂ ਕੋ ਪਲੂਤੇ ਖ ਸਲਵਾਤ ਪੜਵਾ ਕਦੀਦਾਰ ਬਿਸਮਿਲ੍ਲਾਹ ਗੁਲਾਬ ਗੁਲਸ਼ਨ ਦੀ ਜ਼ੈਨ ਬਣਦਾ ਗੁਲਾਬ ਗੁਲਸ਼ਨ ਦੀ ਜ਼ੈਨ ਬਣਦਾ ਦਰੂਦ ਰਾਹਤ ਤੇ ਚੈਨ ਬਣਦਾ ਨਬੀ ਦੀ ਸੀਰਤ ਅਲੀ ਦੀ ਸੂਰਤ ਨਬੀ ਦੀ ਸੀਰਤ ਅਲੀ ਦੀ ਸੂਰਤ ਜੇ ਮਿਕਸ ਥੀ ਵੇ ਹੁਸੈਨ ਬਣਦਾ ਤਮਾਮ ਫਿਰ ਵੀ ਸਲਵਾਤ ਪੜਵਾ ਕਰੀਦਾ ਕਿਬਲਾ ਮੇਰੇ ਮੋਹਤਰਮ ਸੈਯਦ ਬਾਦਸ਼ਾਹ ਉਹਨਾਂ ਫਰਮਾਇਸ਼ ਕੀਤੀ ਹੈ ਉਹ ਕਸੀਦਾ ਪੜ੍ਹਨਾ ਪੜ੍ਹੋ ਨਾ ਮੌਲਾ ਬਾਦ ਸਲਵਾਤ ਪੜਵਾ ਕਰੀਦਾ ਫਿਰ ਸਲਵਾਤ ਪੜਵਾ ਕਰ ਨਾਰਾ ਵੈਲੀ ਦੇ ਨਾਮ ਦਾ ਫਿਰ ਵੀ ਸਲਵਾਤ ਪੜਵਾ ਕਰ ਰਾਤ ਤੇ ਨਜ਼ਰ ਸੇ ਦੇਖਿਆ ਨਜ਼ਰ ਹੁਸੈਨ ਦੇਖਾ ਹੈ ਬਾਰ ਬਾਰ ਤਖਲੀ ਕੇ ਕਿਰਦਗਾਰ ਕੋ ਦੇਖਾ ਹੈ ਬਾਰ ਬਾਰ ਸ਼ਬੀਰ ਅੰਤਹਾ ਹੈ ਖੁਦਾ ਕੇ ਕਮਾਲ ਕੀ ਹੈ ਜਬ ਤੱਕ ਖੁਦਾ ਕਾ ਮੁਲਕ ਰਹੇਗੀ ਹੁਸੈਨੀਅਤ ਕਿਤਨੀ ਦਰਾਜ ਉਮਰ ਹੈ ਜ਼ਹਰਾ ਕਿਲਾ ਸਦਾ ਖੁਲਾ ਹੈ ਜਿਸ ਕਦਰ ਦਰ ਹੁਸੈਨ ਨੇ ਦਰ ਹੁਸੈਨ ਸਰਕਾਰ ਫਰਮਾਉਂਦੇ ਨੇ ਅਵਲ ਨਾ ਮੁਹੰਮਦ ਔਸਤ ਨਾ ਮੁਹੰਮਦ ਆਖਿਰ ਨਾ ਮੁਹੰਮਦ ਵ ਕੁੱਲ ਨਾ ਮੁਹੰਮਦ ਸਾਡਾ ਪਹਿਲਾ ਵੀ ਮੁਹੰਮਦ ਸਾਡਾ ਦਰਮਿਆਨਾ ਵਾਲੇ ਵੀ ਮੁਹੰਮਦ ਸਾਡਾ ਆਖਰੀ ਵੀ ਮੁਹੰਮਦ ਅਸਾਂ ਸਾਰੇ ਦੇ ਸਾਰੇ ਮੁਹੰਮਦ ਮਗਰ ਇਹਨਾਂ 14 ਪਾਕਾਂ ਚੋਂ ਮੈਂ ਪਾਕ ਹੁਸੈਨ ਦਾ ਸ਼ਾਨ ਪਿਆ ਬਿਆਨ ਕਰੇ ਮੁਹੰਮਦ ਮਚਾਰ ਹੈ ਅਲੀ
ਗੱਲਾਂ ਵਿੱਚ ਮੌਲਾ ਮੁਹੰਮਦ ਵਿਚਾਰ ਹੈ ਅਲੀ ਬਿਨ ਵਿਚਾਰ ਹੈ ਹਸਨ ਬਿਨ ਮਦੋਬਨ ਯਜ਼ੀ ਨਕਾਵਕਾ ਹੈ ਹਸਨ ਬਿਨ ਮਦੋਬਨ ਯਜ਼ੀ ਸਲਵਾਤ ਪੜੋ ਆਖ ਦੀ ਜਾਤ ਤੇ ਖੁਦਾ ਕਾ ਆਓ ਹੁਸੈਨ ਕਾ ਬਸ ਕਸਾ ਮਿਜ਼ਾਜ ਹੈ ਖੁਦਾ ਕਾ ਆਓ ਹੁਸੈਨ ਕਾ ਬਸ ਕਸਾ ਮੇਰਾ ਯਾ ਹੁਸੈਨ ਮਾਲਾ ਸਲਾਮਤ ਬਸ ਸਾਈਂ ਦੀ ਫਰਮਾਇਸ਼ ਹੁਣ ਇੱਕ ਕਸੀਦਾ ਵੀ ਆ ਪੜੋ ਨਾ ਸਲਵਾਤ ਪੜਵਾ ਕਦੀ ਦਾਤ ਤੇ ਸਲਵਾਤ ਨਹੀਂ ਪੜ ਸ਼ਾਬਾਨ ਆ ਗਿਆ ਹੈ ਸ਼ਾਬਾਨ ਆ ਗਿਆ ਸ਼ਾਬਾਨ ਆ ਹੈ ਸ਼ਾਬਾਨ ਸ਼ਾਬਾਨ ਆ ਗਿਆ ਹੈ 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 ਸ਼ਾਬਾਨ ਆ ਗਿਆ ਵਾ 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 ਤੁਹਾਡਾ ਵਾ ਤੁਹਾਡੀ ਚੁੱਪ ਤੋਂ ਹੀ ਸੱਚ ਕੇ ਨਾਰਾ ਹਾਇਦਰ ਯਾ ਹਾਲਿਆ ਮਾਲਾ ਤੁਹਾਨੂੰ ਸਲਾਮਤ ਰੱਖੇ ਮਿਆਰ ਪਿਆ ਕਰੇ ਨਾ ਸ਼ਾਬਾਨ ਆ ਗਿਆ ਹੈ 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 ਤਵਜੋ ਸ਼ਾਬਾਨ ਆ ਗਿਆ ਹੈ ਕਰੋ ਨਾਰੀਆਂ ਤੇ ਬਰ ਬਰ ਖੁਸ਼ੀਆਂ ਮਨਾ ਘਰ ਘਰ ਜ਼ਹਰਾ ਦੀ ਝੋਲੀ ਅੰਦਰ ਕੁਰਾਨ ਆ ਗਿਆ ਮਾਲਾ ਸੁਣਾ ਸ਼ਾਬਾਨ ਆ ਗਿਆ 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 ਕਰ
ਦਾ ਮਨਾਓ ਘਰ ਜ਼ਹਰਾ ਦੀ ਝੋਲੀ ਅੰਦਰ ਕੁਰਾਨ ਮਾਲਾ ਸਲਾਮਤ ਰੱਖੇ ਲੋਗੋ ਉਜੜੇ ਜ਼ਮਾਨੇ ਕੋ ਵਸਾਇਆ ਹੈ ਕਲੰਦਰ ਨੇ ਲੋਗੋ ਉਜੜੇ ਜ਼ਮਾਨੇ ਕੋ ਵਸਾਇਆ ਹੈ ਕਲੰਦਰ ਨੇ ਲੋਗੋ ਉਜੜੇ ਜ਼ਮਾਨੇ ਕੋ ਵਸਾਇਆ ਹੈ ਕਲੰਦਰ ਨੇ ਅਲਮ ਸਿੰਧੀਆਂ ਮੌਲਾ ਤੁਹਾਨੂੰ ਸਲਾਮਤ ਰੱਖੇ ਮੈਂ ਅਰ ਪਿਆ ਕਰੇ ਨਾ ਪੁੱਛਿਆ ਸ਼ਮਸ ਕਲੰਦਰ ਤੂੰ ਤਵਜੋ ਕਰਨੀ ਹੈ ਇਹ ਸਖੀ ਸ਼ਮ ਸਰਕਾਰ ਇਹ ਕੇ ਦੌਰ ਚ ਗੁਜ਼ਰੇ ਪੁੱਛਿਆ ਸ਼ਮਸ ਕਲੰਦਰ ਤੂੰ ਮੈਂ ਕੋ ਦੱਸ ਤੈ ਕੂ ਕਿਵੇਂ ਪਰ ਲੱਗ ਗਏ ਸਖੀ ਸ਼ਾਬਾਦ ਕਲੰਦਰ ਪਰਵਾਦ ਕਰੇ ਦਿਆ ਪੁੱਛਿਆ ਸ਼ਮਸ ਕਲੰਦਰ ਤੂੰ ਮੈਂ ਕੋ ਦੱਸ ਤੈ ਕੂ ਕਿਵੇਂ ਪਰ ਲੱਗ ਗਏ ਈ ਸਿੰਧੇ ਰੇਗਿਸਤਾਨ ਦੇ ਵਿੱਚ ਤੁਹਾਡੇ ਦਿਲ ਕੋ ਅਮਨ ਦੇ ਦਰ ਲੱਗ ਗਏ ਸਾਈ ਕਲੰਦਰ ਦਾ ਜਵਾਬ ਪਹਿਲੇ ਅਲਮ ਅਬਾਸ ਦਾ ਮੈਂ ਲਾਇਆ ਵਾਲਾ ਅਲਮ ਵਾਲਾ ਘਰ ਘਰ ਲੱਗ ਗਏ ਰੱਖੀ ਦਿਲ ਵਿੱਚ ਮੈਂ ਹੁਬ ਪੰਜ ਤਨ ਦੀ ਉੱਤਾ ਹੱਥ ਕੀਤੇ ਮੈਂ ਕੂ ਸਿੰਧੀਆਂ ਦੇ ਘਰ ਘਰ ਤੇ ਅਲਮ ਸਿੰਧੀਆਂ ਦੇ ਘਰ ਘਰ ਤੇ ਜਬੀ ਤੋ ਮਖਲੂਕ ਤੇਰੀ ਤਰਫ ਖੇਚੀ ਚਲੀ ਆਤੀ ਹੈ ਬੇਸਬਬ ਬੇਸਬਬ ਚੂਮਤੇ ਨਹੀਂ ਹਮ ਸੇਵਨ ਕੀ ਜ਼ਮੀਨ ਬੇਸਬਬ ਚੂਮਤੇ ਨਹੀਂ ਹਮ ਸੇਵਨ ਕੀ ਜ਼ਮੀਨ ਇਸ ਮੱਟੀ ਸੇ ਤੋ ਹਮੇ ਖੁਸ਼ਬੂ ਏ ਨਜਫ ਅਲਮ ਸਿੰਧੀਆਂ ਦੇ ਘਰ ਘਰ ਤੇ ਅਲਮ ਸਿੰਧੀਆਂ ਦੇ ਘਰ ਘਰ ਤੇ ਬੜਾ ਸਖੀ ਲਾਜਪਾਲ ਸ਼ਾਬਾਦ ਕਲੰਦਰ ਅਲੀ ਦਾ ਲਾਲ ਬਿਮਾਰ ਹੈ ਬਿਮਾਰ ਹੈ ਦਰਬਾਰ ਤੇ ਵੰਜ ਨੀਅਤ ਸਹੀ ਹੋਵੇ ਅਕੀਦਾ ਸਹੀ ਹੋਵੇ ਬਿਮਾਰ ਹੈ ਦੁਆ ਮੰਗ ਸ਼ਿਫਾ ਯਾਬ ਹੋਵੇ ਬੇ ਔਲਾਦ ਹੈ ਸਹਿ ਬੇ ਔਲਾਦ ਹੋਵੇ ਮੈਂ ਹਰ ਪਿਆ ਕਰੇ ਨਾ ਆਸਾ ਪੂਰੀਆਂ ਕਰ